नमस्कार और आप देख रहे हैं पल पल। भुना सुगर मिल को तोड़फोड़ से रोकने तथा उसे फिर से चालू करने के लिए इलाके के किसानों ने उपायुक्त को ज्ञापन सौंपने के लिए लघु सचिवालय में जाकर मिले। पानी बचाओ किसान फ्रंट के बैनर तले किसानों ने मुख्यमंत्री के नाम उपायुक्त को ज्ञापन भी सौंपा। ज्ञापन में किसानों का कहना था कि सुगर मिल इलाके के लिए एक महत्वाकांक्षी परियोजना है, मगर इसे घाटे का सौदा बता करके किसी निजी हाथों में बेच दी गई है, जबकि इस मिल में 51% सरकार का और 49% हिस्सा किसानों का है। ऐसे में सरकार की ओर से इस तरह का फैसला लेना बिल्कुल गलत है। अब निजी मिल मालिक इस मिल को तोड़ करके मशीनें ले जा रहा है। इलाके के किसान लगातार इस मिल को फिर से शुरू करवाने की मांग करते आ रहे हैं, मगर प्रशासन और उनकी तरफ से सुनने वाला कोई नहीं है। उन्होंने कहा कि उनकी बात नहीं सुनी गई तो आने वाले दिनों में किसान बड़े स्तर पर संघर्ष करने को मजबूर हो जाएगा। आप देख रहे हैं पल पल की विशेष रिपोर्ट पुणे से, राजेश कुमार के साथ। ऊना शुगर मिल 2006 ਦੇ ਵਿੱਚ ਸਰਕਾਰ ਨੇ ਪਾਰਟੀ ਨੂੰ ਵੇਚ ਦਿੱਤੀ ਸੀ, ਪੰਜਾਬ ਦੀ ਪਾਰਟੀ ਆ ਸੰਧਰ ਕਰਕੇ ਕੁਖਵਾੜੇ ਦੀ ਮਿਲਦੀ ਪਾਰਟੀ, ਉਹਦੇ ਨਾਲ ਐਗਰੀਮੈਂਟ ਹੋਇਆ ਸੀ ਕਿ ਇਸ ਮਿਲ ਨੂੰ ਚਲਾਇਆ ਜਾਊਗਾ। ਉਹਨਾਂ ਨੇ ਐਗਰੀਮੈਂਟ ਦਿੱਤਾ ਸੀ ਵੀ ਅਸੀਂ ਮਿਲ ਨੂੰ ਚਲਾਵਾਂਗੇ, ਬਾਅਦ ਵਿੱਚ ਉਹਨਾਂ ਨੇ ਮਿਲ ਨਹੀਂ ਚਲਾਈ। ਹੁਣ ਕੁਝ ਦਿਨ ਪਹਿਲਾਂ ਸਾਨੂੰ ਪਤਾ ਲੱਗਾ ਵੀ ਉਹ ਤੋੜ ਫੋੜ ਕਰਕੇ ਮਿਲ ਨੂੰ ਕੁਵਾੜ ਦੇ ਭਾਅ ਵੇਚਣਾ ਚਾਹੁੰਦੇ ਆ। ਸਾਨੂੰ ਪਤਾ ਲੱਗਾ, ਅਸੀਂ ਰੁਕਵਾਇਆ ਸੀ, ਅੱਜ ਡੀਸੀ ਸਾਹਿਬ ਦੇ ਅਸੀਂ ਮੰਗ ਪੱਤਰ ਦੇਣ ਵਾਸਤੇ ਆਏ ਹਾਂ, ਕਿਉਂਕਿ ਉਹਦੇ ਵਿੱਚ ਤਿੰਨ ਮੁੱਖ ਕਾਰਨ ਨੇ। ਇੱਕ ਤੇ ਜਦੋਂ ਮਿਲ ਸਰਕਾਰ ਨੇ ਵੇਚੀ ਆ, ਦੂਜੀ ਪਾਰਟੀ ਨੇ ਖਰੀਦੀ ਆ, ਉੱਥੇ ਸ਼ਰਤ ਰੱਖੀ ਸੀ ਸਰਕਾਰ ਨੇ ਵੀ ਇਸ ਮਿਲ ਨੂੰ ਚਾਲੂ ਕੀਤਾ ਜਾਵੇ। ਉਹ ਸ਼ਰਤ ਨਾ ਹੁੰਦੀ ਕਿ ਮੁੱਲ ਦੁੱਗਣੇ ਦਾਮ 'ਤੇ ਵਿਕ ਸਕਦੀ ਸੀ, ਉਹ ਇਹਨਾਂ ਨੇ ਸਸਤੀ ਖਰੀਦੀ ਆ। ਨੰਬਰ 2, ਉਹਦੇ ਵਿੱਚ 51% ਸ਼ੇਅਰ ਸਰਕਾਰ ਦੇ, 49% ਕਿਸਾਨਾਂ ਦੇ, 49% ਹੀ ਅਜੇ ਵੀ ਆਪਣਾ ਕਿਸਾਨ ਮਾਲਕ ਨੇ। ਨੰਬਰ 3, ਪਾਣੀ ਬਚਾਉਣ ਵਾਸਤੇ ਸੂਤਰ ਦੀਆਂ ਜ਼ਮੀਨਾਂ ਦੇ ਵਿੱਚ ਝੋਨੇ ਤੋਂ ਇਲਾਵਾ ਇੱਕ ਇਹੋ ਜਿਹੀ ਫਸਲ ਗੰਨਾ ਹੀ ਹੈ ਜਿਹੜੀ ਹੋ ਸਕਦੀ ਆ, ਹੋਰ ਕੋਈ ਫਸਲ ਨਹੀਂ ਹੋ ਸਕਦੀ। ਉਸ ਕਰਕੇ ਸ਼ੂਗਰ ਮਿਲ ਨੂੰ ਚਾਲੂ ਕਰਨਾ ਬਹੁਤ ਹੀ ਜ਼ਰੂਰੀ ਆ, ਉਹਦੇ ਨਾਲ ਪਾਣੀ ਬਚਾਇਆ ਜਾ ਸਕਦਾ। ਇਸ ਕਰਕੇ ਅਸੀਂ ਅੱਜ ਮੰਗ ਪੱਤਰ ਜੀ ਸਾਹਿਬ ਨੂੰ ਦੇਵਾਂਗੇ ਅਤੇ ਬਾਈ ਰਿਕੁਐਸਟ, ਅਸੀਂ ਕੋਈ ਨਾਰੇ ਲਾ ਕੇ ਨਹੀਂ, ਕੋਈ ਇਸ ਢੰਗ ਨਾਲ ਨਹੀਂ, ਅਸੀਂ ਬਾਈ ਰਿਕੁਐਸਟ CM ਤੱਕ ਸਾਡਾ ਇਹ ਮੰਗ ਪੱਤਰ ਦੀ ਬਚਾਓ ਅਤੇ ਸ਼ੂਗਰ ਮਿਲ ਨੂੰ ਚਾਲੂ। ਤਾਂ ਪ੍ਰਸ਼ਾਸਨ ਕਿਆ ਕਹਿ ਰਿਹਾ ਜੀ? ਪ੍ਰਸ਼ਾਸਨ ਨੇ ਅਭੀ ਤੱਕ ਤਾਂ ਕੁਛ ਕੀਆ ਨਹੀਂ, ਅੱਜ ਫਿਰ ਮਿਲੇਗੇ ਡੀ ਸਾਹਿਬ ਕੋ, ਫਿਰ ਮੰਗ ਪੱਤਰ ਦੇਣਗੇ, ਦੇਖਤੇ ਹੈ ਅੱਗੇ ਕਿਆ ਹੁੰਦਾ ਹੈ। ਤਾਂ ਅੱਗੇ ਕਾਰਵਾਈ ਕਿਆ ਰਹੀ ਹੈ? ਜਦੀ ਇਹ ਮਿਲ ਤੋੜ ਫੋੜ ਬੰਦ ਨਾ ਕੀ, ਮਿਲ ਕੋ ਚਾਲੂ ਨਾ ਕਰਵਾਇਆ, ਤਾਂ ਹਮ ਬੜੇ ਸਤਰ ਪਰ ਸੰਘਰਸ਼ ਕਰੇਂਗੇ ਸਰਕਾਰ ਕੇ ਖਿਲਾਫ।